ਸ਼ਿਕਸ਼ਾ ਹਾਸਲ ਕਰਨਾ ਹਰ ਬੱਚੇ ਦਾ ਸੰਵਿਧਾਨਿਕ ਤੇ ਬੁਨਿਆਦੀ ਅਕ ਹੈ ਔਰ ਸਰਕਾਰ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਹਰ ਥਾਰ ਜਿਹੜੀ ਸ਼ਿਕਸ਼ਾ ਹੈ ਉਪਲਬਧ ਕਰਵਾਈ ਜਾਇ ਸਕੇ ਪਰ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਕਿ ਸਰਕਾਰੀ ਸਕੂਲਾਂ ਵਾਲੀ ਬੱਖੀ ਲੋਕਾਂ ਦਾ ਰੁਝਾਨ ਦਿਨ-ਬਦਨ ਘਟਵਾ ਕਰਦਾ ਹੈ ਔਰ ਲੋਕ ਦਿਖਾ ਕਰਨੇ ਆ ਸਕੇ ਸਾਡੇ ਜਿਹੜੇ ਬਸਨੀਕ ਨੇ ਆਪਣੇ ਬੱਚੇ ਕੀ ਪ੍ਰਾਈਵੇਟ ਸਕੂਲਾਂ ਵਾਲੀ ਬੱਖੀ ਗਿਆ ਉਹਨੇ ਕੀ ਦਾਖਲ ਕਰਵਾਉਂਦੇ ਨੇ ਔਰ ਉਹਦੀ ਪਹਿਲੀ ਪ੍ਰਾਥਮਿਕਤਾ ਹੀ ਹੁੰਦੀ ਹੈ ਕਿ ਉਹਦੇ ਬੱਚੇ ਜਿਹੜੇ ਉਹ ਸਰਕਾਰੀ ਸਕੂਲੇ ਨਹੀਂ ਪਰ ਜਿਹੜੇ ਪ੍ਰਾਈਵੇਟ ਸਕੂਲੇ ਨੇ ਉਸ ਬੱਖੀ ਦਾਖਲ ਕਰਵਾਏ ਜਾਣ ਕੀ ਜੇ ਲੋਕਾਂ ਦਾ ਇਹ ਮੰਨਣਾ ਹੈ ਕਿ ਪ੍ਰਾਈਵੇਟ ਸਕੂਲ ਜਿਹੜੇ ਨਿੱਜੀ ਸਕੂਲ ਜਿਹੜੇ ਉਥੇ ਸਿੱਖਿਆ ਦਾ ਸਤਰ ਜਿਹੜਾ ਉਹ ਉੱਚਾ ਹੈ ਔਰ ਸਿੱਖਿਆ ਜਿਹੜੀ ਹੈ ਉਹ ਮਤੀ ਸ਼ੈਲ ਉਥੇ ਤੋਂਦੀ ਹੈ ਪਰ ਅਜੇ ਵੀ ਸਾਰੇ ਜੰਮੂ ਖਿੱਤੇ ਦੇ ਕਈ ਦੂਰ ਦਰੇਡੇ ਦੇ ਗ੍ਰਾਮ ਐਸੇ ਨੇ ਜਿੱਥੇ ਲੋਕ ਸਰਕਾਰ ਕੋਲੋਂ ਮੰਗ ਕਰਾ ਕਰਦੇ ਨੇ ਕਿ ਉੱਥੇ ਜਿਹੜੇ ਸਰਕਾਰੀ ਸਕੂਲ ਬਣਦੇ ਨੇ ਉਹਦਾ ਦਰਜਾ ਵਧਾਇਆ ਜਾ ਪਰ ਸਰਕਾਰ ਉਸ ਵਕੀ ਅਜੇ ਤੱਕ ਕੋਈ ਧਿਆਨ ਨਹੀਂ ਦਿਆ ਕਰਦੀ ਹੈ ਇਹ ਆਖਣਾ ਹੈ ਉਥੋਂ ਦੇ ਮਕਾਮੀ ਜਿਹੜੇ ਬਸਨੀਕ ਹੁੰਦਾ ਆ ਜਿਹੜਾ ਨੁਸ਼ਹਿਰਾ ਜਿਹੜਾ ਸਬ ਡਿਵੀਜ਼ਨ ਹੈ ਉਸ ਦਾ ਇਲਾਕਾ ਲਾਮ ਸੈਕਟਰ ਦੇ ਲੋਕਾਂ ਦੀ ਵੀ ਇਹ ਮੰਗ ਹੈ ਕਿ ਉੰਦੇ ਸਕੂਲਾਂ ਦਾ ਦਰਜਾ ਜਿਹੜਾ ਉਹ ਵਧਾਇਆ ਜਾ ਲੋਕਾਂ ਦਾ ਆਖਣਾ ਹੈ ਕਿ ਆਈ ਸਕੂਲ ਲਾਮ ਜਿਹੜਾ ਹੈ ਉਸ ਦੀ ਸਥਾਪਨਾ 1982 ਚ ਕੀਤੀ ਗਈ ਹੀ ਪਰ ਚਾਰ ਦਸ਼ਕ ਲਗਭਗ ਗੁਜ਼ਰੀ ਜਾਣ ਦੇ ਬਾਵਜੂਦ ਵੀ ਉੰਦੇ ਸਕੂਲਾਂ ਦਾ ਜਿਹੜਾ ਦਰਜਾ ਹੈ ਉਹ ਨਹੀਂ ਵਧਾਇਆ ਜਾ ਕਰਤਾ ਮਕਾਮੀ ਬਸਨੀਕੇ ਦਾ ਗਲਣਾ ਹੈ ਕਿ ਇਹ ਜਿਹੜਾ ਆਈ ਸਕੂਲ ਲਾਮ ਹੈ ਇਸ ਸਕੂਲਾਂ ਚ ਆਲੇ ਦੁਆਲੇ ਦੇ ਕਿੰਨੇ ਗ੍ਰਾਂ ਦੇ ਜਿਹੜੇ ਬੱਚੇ ਨੇ ਉਹ ਸਿੱਖਿਆ ਗ੍ਰਹਿਣ ਕਰਦੇ ਨੇ ਕੀ ਕਿ ਸਿੱਖਿਆ ਦਾ ਜਿਹੜਾ ਇੱਕ ਮਾਤਰ ਸਾਧਨ ਇਹ ਹੈ ਸਰਕਾਰੀ ਸਕੂਲ ਇੱਥੇ ਹੈ ਔਰ ਜਿਸ ਬਿਲੋਂ ਦਸਵੀਂ ਪਾਸ ਉਥੋਂ ਕਰੀ ਲੈਂਦੇ ਨੇ ਤੇ ਫੀ ਹੋਣੀਗੀ ਅਗਲੀ ਜਿਹੜੀ ਸਿੱਖਿਆ ਗ੍ਰਹਿਣ ਕਰਨੇਗੀ ਤਾਂ ਬੜੀਏ ਦੂਰ ਜਾਣੇ ਪਉਂਦਾ ਹੈ ਇਸ ਬਸਤ ਹੈ ਉਹ ਅਗਲੀ ਸਿੱਖਿਆ ਗ੍ਰਹਿਣ ਨਹੀਂ ਕਰੀ ਸਕਦੇ ਔਰ 10ਵੀਂ ਪਾਸ ਕਰਨੇ ਦਾ ਬਾਅਦ ਗਾ ਉਹਨੇ ਕੀ ਆਪਣੀ ਪੜਾਈ ਛੋੜਨੇ ਉੱਪਰ ਜਿਹੜਾ ਉਹ ਮਜਬੂਰ ਹੋਣਾ ਪੰਦਾ ਲੋਕਾਂ ਦਾ ਇਹ ਵੀ આરોਪ ਹੈ ਜੇ ਪਿਛਲੇ ਕਈ ਸਰਕਾਰਾਂ ਆਈਆਂ ਜਿੰਦੇ ਨੋਟਿਸ ਚ ਉਹਨੇ ਇਹ ਗੱਲ ਆਂਦੀ ਕਿ ਸਾੜਾ ਜਿਹੜਾ ਆਈ ਸਕੂਲ ਹੈ ਉਸ ਦਾ ਦਰਜਾ ਜਿਹੜਾ ਹੈ ਉਹ ਆਈ ਸੈਕੰਡਰੀ ਸਕੂਲ ਜਿਹੜਾ ਹੈ ਉਹ ਬਣਾਇਆ ਜਾਉ ਸੀ ਜਾਂ ਵਧਾਇਆ ਜਾਉ ਸੀ ਪਰ ਕਿਸੇ ਵੀ ਸਰਕਾਰ ਨੇ ਇਸ ਵਕੀ ਧਿਆਨ ਨਹੀਂ ਦਿੱਤਾ ਜਿਸ ਦੇ ਕਾਰਨ ਉਥੋਂ ਦੇ ਜਿਹੜੇ ਬੱਚੇ ਨੇ ਉੰਦੀ ਜਿਹੜੀ ਪੜ੍ਹਾਈ ਹੈ ਉਹ ਪੜ੍ਹਾਈ ਥਮਾ ਬੰਚੀ ਤੋਂ ਕਰ ਦੇਣ ਤੇ ਉੰਦੀ ਅਗਲੀ ਪੜ੍ਹਾਈ ਜਿਹੜੀ ਹੈ ਉਹ ਅਧੂਰੀ ਗੈ ਰਵੈ ਕਰਦੀ ਹੈ ਉਹਾਂ ਤਿੱਖਿਆ ਜਾ ਤਾਂ ਲਾਮ ਸੈਕਟਰ ਦੇ ਜਿਹੜੇ ਲੋਕ ਨੇ ਜਿਹੜੇ ਵਸਨੀਕ ਨੇ ਜਿਹੜੇ ਗ੍ਰਾਂਹ ਇਸ ਕਬਜ਼ਾ ਰੇਖਾ ਦੇ ਕੰਨੇ ਪਾਉਂਦੇ ਇਸ ਸੈਕਟਰ ਕੰਨ ਲੱਗਦੇ ਨੇ ਉਹਨੇ ਕਿ ਹੋਰ ਵੀ ਕਈਏ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪਵਾ ਕਰਦਾ ਹੈ ਪਰ ਬਸਨੀਕੇ ਦਾ ਆਖਣਾ ਹੈ ਕਿ ਸਾਰੇ ਕੋਲ ਆ ਜਿਹੜੀ ਵੱਡੀ ਦਿੱਕਤ ਆ ਸਿੰਘੀ ਇਹ ਆਵਾ ਕਰਦੀ ਹੈ ਕਿ 10ਵੀਂ ਪਾਸ ਕਰਨੇ ਦਾ ਬਾਅਦ ਉਹਦੇ ਬੱਚੇ ਦੀ ਜਿਹੜੀ ਪੜ੍ਹਾਈ ਹੈ ਉਹ ਲਗਾਤਾਰ ਪ੍ਰਭਾਵਿਤ ਹੋਆ ਕਰਦੀ ਹੈ ਇਸ ਵਕੀ ਸਰਕਾਰ ਦਾ ਕੋਈ ਧਿਆਨ ਨਹੀਂ ਜਾ ਕਰਦਾ ਲੋਕਾਂ ਮੰਗ ਕੀਤੀ ਹੈ ਲੈਫਟ ਹੈਂਡ ਗਵਰਨਰ ਸਾਹਿਬ ਕੋਲ ਆ ਕਿ ਉਹਦੇ ਜਿਹੜਾ ਆਈ ਸਕੂਲ ਹੈ ਉਸ ਦਾ ਦਰਜਾ ਵਧਾਇਆ ਜਾ ਤਾ ਜਿਹੜੇ ਬੱਚੇ ਪੜ੍ਹਾਈ ਥਮਾ ਅਗਲੀ ਪੜ੍ਹਾਈ ਥਮਾ ਵੰਚਿਤ ਹੋਆ ਕਰਦਨ ਉਹਨੇ ਕੀ ਆਪਣੀ ਪੜ੍ਹਾਈ ਜਿਹੜੀ ਅੱਗੇ ਵੀ ਜਾਰੀ ਰੱਖਣੇ ਦਾ ਮੌਕਾ ਥੋਈ ਸਕਿਆ ਉਹ ਸਰਕਾਰ ਦੀ ਵੀ ਇਹ ਮੰਚਾ ਹੁੰਦੀ ਹੈ ਕਿ ਸਕੂਲ ਜਿਹੜੇ ਉਹਦੇ ਦਰਜੇ ਵਧਾਏ ਜਾਣ ਜੇ ਸਭਾ ਕਰਨਾ ਲੋਕ ਇਹਦਾ ਰੁਝਾਨ ਜਿਹੜਾ ਹੈ ਸਰਕਾਰੀ ਸਕੂਲਾਂ 'ਚ ਬੱਚੇ ਦਾਖਲ ਕਰਾਣੇ ਥਮਾ ਦੂਰ ਹੋਆ ਕਰਦਾ ਅਸੂਗੀ ਦਿਖਦੇ ਹੋਈ ਸਰਕਾਰ ਕੀ ਚਾਹੀਦਾ ਕਿ ਜਿਸ ਥਾਰੇ ਥਮਾ ਜਿਸ ਦੂਰ ਤਰੇਡੇ ਗrae ਤਮਾ ਜਿਸ ਸੀਮਾ ਵਰਤੀ ਗrae ਥਮਾ ਸਰਕਾਰ ਅੱਗੇ ਇਹ ਮੰਗ ਰੱਖੀ ਜਾ ਕਰਦੀ ਹੈ ਤੇ ਉਹਨੇ ਸਕੂਲਾਂ ਦਾ ਜਿਹੜਾ ਦਰਜਾ ਹੈ ਉਹ ਪ੍ਰਾਥਮਿਕਤਾ ਦੇ ਆਧਾਰ ਉੱਪਰ ਵਧਾਉਣਾ ਚਾਹੀਦਾ ਤਾਂ ਕਿ ਲੋਕਾਂ ਦਾ ਰੁਝਾਨ ਜਿਹੜਾ ਨਿੱਜੀ ਸਕੂਲਾਂ ਵਾਲੀ ਬਕੀ ਹੋਆ ਕਰਦਾ ਹੈ ਉਹ ਸਰਕਾਰੀ ਸਕੂਲਾਂ ਵਾਲੀ ਬਕੀ ਹੋਵੇ ਤੇ ਬੱਚੇ ਜਿਹੜੇ ਨੇ ਜਿਹੜਾ ਉਹਦਾ ਸਿੱਖਿਆ ਗ੍ਰਹਿਣ ਕਰਨੇ ਦਾ ਬੁਨਿਆਦੀ ਅੱਕ ਹੈ ਉਹ ਵੀ ਉਹਨੇ ਕੀ ਹੋਈ ਸਕਿਆ ਔਰ ਜਿਹੜੇ ਦਰਜੇ ਵਧਾ ਨਹੀਂ ਜਿੱ ਤੱਕ ਗੱਲ ਹੈ ਤੇ ਇਨੇ ਸਕੂਲਾਂ ਦਾ ਜਿਹੜਾ ਦਰਜਾ ਹੈ ਉਹ ਵੀ ਵਧਾਇਆ ਜਾਣਾ ਚਾਹੀਦਾ ਤਾਂ ਕਿ ਬੱਚੇ ਜਿਹੜੀ ਅਗਲੀ ਸਿੱਖਿਆ ਹੈ ਉਹ ਗ੍ਰੈਂਡ ਕਰੀ ਸਕਣ